ਸਲਾਹ ਬਣੀ ਹੋਈ ਸਭੀ ਚਲਾ ਪਿੰਡ ਵਾਪਸ ਤੇ ਉਹਦੇ ਨਾਲ ਮੈਂ ਵੀ ਚਲਾ ਜੀ ਦੋ ਚਾਰ ਦਿਨ ਰਹਿ ਕੇ ਤੇ ਫਿਰ ਵਾਪਸ ਆਵਾ ਥੋੜਾ ਜਿਹਾ ਕੰਮ ਹੈ ਉਹਦੇ ਵਿੱਚ ਜਾਣਾ ਪੈ ਰਿਹਾ ਵੈਸੇ ਮੇਰਾ ਦਿਲ ਹੀ ਕਰਦਾ ਪਿਆ ਹੁਣ ਜਾਣ ਨੂੰ ਕਿਉਂਕਿ ਬਾਈ ਜ਼ੇਵਰ ਨਾਲੇ ਦੋ ਚਾਰ ਦਿਨ ਹੋਏ ਟੂਰ ਤੋਂ ਆਏ ਨੇ ਤੇ ਹੁਣ ਹੀ ਤਾਂ ਫਿਰਨਾ ਤੁਰਨਾ ਸੀ ਘਰੋਂ ਫੋਨ ਆਇਆ ਥੋੜਾ ਕੰਮ ਸੀ ਉਹਦੇ ਵਿੱਚ ਭਾਈ ਹੁਣ ਵਾਪਸ ਜਾਣਾ ਪੈਣ ਡਿਆ ਚਲੋ ਕੋਈ ਗੱਲ ਨਹੀਂ ਅੱਲਾ ਖਾਇਆ ਕਰੇ ਜਿਹੜਾ ਕੰਮ ਹੈ ਉਹ ਕਰ ਕੁਰ ਕੇ ਫਿਰ ਇਨਸ਼ਾਲਾ ਆਵਾਂਗੇ ਕੋਈ ਹਫ਼ਤੇ ਡੇਢ ਬਾਅਦ ਜਾਂ ਮਹੀਨੇ ਬਾਅਦ ਜਦੋਂ ਵੀ ਟਾਈਮ ਲੱਗਾ ਨੈਕਸਟ ਟਾਈਮ ਫਿਰ ਇਨਸ਼ਾਲਾ ਜਲਦੀ ਆਵਾਂਗੇ ਤੇ ਚਲੋ ਹੁਣ ਚੱਲਦੇ ਹਾਂ ਉਦੋਂ ਨਹਾ ਕੇ ਕੱਪੜੇ ਚੇਂਜ ਕਰਨੇ ਜ਼ਬੀ ਵੀ ਚਲਾ ਗਿਆ ਜੀ ਕੱਪੜੇ ਚੇਂਜ ਕਰਨ ਕਿਉਂਕਿ ਜ਼ਬੀ ਨੇ ਵੀ ਆਪਣੇ ਘਰ ਜਾਣਾ ਮੈਂ ਤਾਂ ਜ਼ਬੀ ਜਾਵਾਂਗੇ ਇੱਥੋਂ ਇਕੱਠੇ ਹੀ ਜ਼ਬੀ ਉੱਥੋਂ ਫਿਰ ਗਾਂਹ ਘਰ ਆਪਣੇ ਚਲਾ ਜਾਏਗਾ ਮੈਂ ਆਪਣੇ ਘਰ ਅਲਹਮਦੁਲਿਲਾ ਨਹਾ ਕੇ ਤਿਆਰੀ ਮੈਂ ਕਰ ਲਈ ਹੈ ਜੀ ਤੇ ਹੁਣ ਥੋੜ੍ਹੀ ਬਹੁਤ ਰੋਟੀ ਖਾਂਦੇ ਹਾਂ ਕਿਉਂਕਿ ਬਸ ਸਫ਼ਰ ਕਰਨਾ ਜ਼ਿਆਦਾ ਰੋਟੀ ਖਾਣੀ ਨਹੀਂ ਨੋਰਮਲ ਜੀ ਰੋਟੀ ਖਾਂਦੇ ਹਾਂ ਤੇ ਫਿਰ ਚੱਲਦੇ ਹਾਂ ਜੀ ਬਕਾਇਆ ਮਾਸ਼ਾਅੱਲਾ ਮੌਸਮ ਚੈੱਕ ਕਰੋ ਸਾਹਮਣੇ ਸੂਰਜ ਤੇ ਅੱਜ ਤਾਂ ਬੱਦਲ ਕੋਈ ਨਹੀਂ ਹੈਗਾ ਅੱਜ ਤਾਂ ਮੌਸਮ ਸਾਫ਼ ਹੀ ਹੈ ਰੋਟੀ ਮੈਂ ਖਾ ਕੇ ਆ ਗਿਆ ਜੀ ਥੱਲੇ ਭਾਈ ਚੱਲਦੇ ਹਾਂ ਝੱਟ ਬਾਹਰ ਖਲੋਨੇ ਹਾਂ ਕੋਈ ਜਿਹੜੇ ਯਾਰ ਵੀ ਲਿਆ ਉਹਨਾਂ ਨੂੰ ਮਿਲਣੇ ਹਾਂ ਫਿਰ ਚੱਲਦੇ ਹਾਂ ਜੀ ਨਾਲੇ ਮਾਮੂ ਗਏ ਹੋਏ ਨੇ ਬਾਜ਼ਾਰ ਥੋੜ੍ਹਾ ਜਿਹਾ ਕੰਮ ਆਉਂਦੇ ਨੇ ਫਿਰ ਚੱਲਦੇ ਹਾਂ ਚਲੋ ਨਿਕਲੋ ਹੁਣੇ ਧੱਕੇ ਮਾਰਨੇ ਮਾਮਾ ਬੈਗ ਅੰਦਰ ਮੇਰਾ ਪਿਆ ਹੈ ਬੈਗ ਦੇ ਦੇ ਮੈਂ ਤੁਰ ਜਾਣਾ ਚਲੋ ਓਏ ਆ ਵੇਖ ਲੈ ਧੱਕੇ ਮਾਰਨ ਲੱਗ ਪਿਆ ਟਾਈਮ ਨਾਲ ਤੁਰੋਗੇ ਤੁਸੀਂ ਆਲਗੁੜ ਪਹੁੰਚੋਗੇ ਅੱਛਾ ਪਰ ਤੈਨੂੰ ਕੌਣ ਪੁੱਛਦਾ ਸਾਡੇ ਵਾਂਗੂ ਮਿਲ ਲੈ ਇਹਨੂੰ ਹੈਲੋ ਓਏ ਮਿਲ ਲੈ ਮੁੜ ਕੇ ਨਹੀਂ ਜਾਂਦੇ ਰਹਿਣਾ ਜੀ ਓਕੇ ਬਾਬਾ ਜੀ ਓਕੇ ਬਾਬਾ ਜੀ ਕੋਈ ਨਹਾਤਾ ਓਕੇ ਚੱਲੇ ਕੱਪੜੇ ਤੇ ਪਾਓ ਮਾਮਾ ਅੱਗੇ ਮੈਂ ਨੰਗਾ ਆ ਗਿਆ ਜਲਦੀ ਕਿੱਥੇ ਆਈਏ ਇੱਥੇ ਆ ਭਾਈ ਉੱਤੇ ਅਸੀਂ ਨੀ ਇੱਥੇ ਆਉਣਾ ਅੱਛਾ ਬਸ ਚ ਪਤਾ ਮਿਲਣਾ ਹੀ ਮਿਲਣਾ ਇੱਥੇ ਮਿਲ ਲਈਏ ਕੱਪੜੇ ਯਾਰ ਪਤਾ ਗੱਲ ਮੇਰੀ ਗੱਲ ਸੁਣੋ ਕੱਪੜੇ ਬਸ ਚ ਖਰਾਬ ਹੋ ਜਾਂਦੇ ਨੇ ਅਸੀਂ ਇਸ ਤੋਂ ਪੁਰਾਣੇ ਪਾਏ ਨੇ ਲੈ ਤੂੰ ਸਮਝ ਨਹੀਂ ਸਕਦਾ ਜ਼ਬੀਆ ਨਾ ਸਮਝਾ ਯਾਰ ਪਾ ਕੇ ਉਹ ਪੁਰਾਣੇ ਪਾਏ ਜੀਰ ਕਰ ਨਾਂਦੇ ਨੇ ਰਕਲ ਮਰਨੀ ਤੇ ਬੈਠੇ ਤੂੰ ਤੇ ਇਹਨਾਂ ਬੰਦਿਆਂ ਨੂੰ ਕੋਈ ਕੰਮ ਹੈ ਨਾ ਲੋ ਉਹ ਮਾਮਾ ਨਾ ਕੇ ਖੋਰੀ ਨਾ ਜਾਇਓ ਰਹਿਣ ਦੋ ਦਫਾ ਮਾਰੋ ਟਾਈਮ ਹੋ ਗਿਆ 7:20 ਤੇ ਪੂਰੇ 8 ਵਜੇ ਸਿਆਲਕੋਟ ਅੱਡੇ ਚੋਂ ਗੱਡੀ ਨਿਕਲਣੀ ਹੈ ਜੀ ਦਰਵਾਜ਼ਾ ਖੋਲ ਲਿਆ ਮਾਮਾ ਦੀ ਗੱਡੀ ਕੱਢਦੇ ਨੇ ਤੇ ਫਿਰ ਚੱਲਨੇ ਆ ਜੀ ਸਿਆਲਕੋਟ ਅੱਡੇ ਦੇ ਵਿੱਚ ਉੱਥੋਂ ਹੀ ਬੱਸ ਤੇ ਬਹਿਣਾ ਮੈਂ ਜੀ ਛੱਤ ਤੇ ਬੈਗ ਲੈਣਾ ਸੀ ਮੈਂ ਮਿਲ ਲਈ ਚੱਲ ਠੀਕ ਨਹੀਂ ਤਾਂ ਚੱਲੇ ਆਓ ਹਾਂਜੀ ਚਲੋ ਅੱਲਾ ਖੈਰ ਕਰੇ ਜ਼ਿੰਦਗੀ ਦੇ ਫਿਰ ਮਿਲਾਂਗੇ ਠੀਕ ਬਲਾ ਫਿਰ ਠੀਕ ਖੈਰ ਕਰੇ ਵੱਡਾ ਤਰਾ ਹੋ ਗਿਆ ਮਾਸ਼ਾਅੱਲਾ ਧਿਆਨ ਨਾਲ ਤੇ ਕਿਆ ਕਰ ਅੱਛਾ ਦੌੜ ਕੇ ਥਈ ਹੈ ਚਲ ਠੀਕ ਹੈ ਦੌੜ ਨੂੰ ਮਿਲਣੇ ਜੀ ਬੈਗ ਲੈ ਕੇ ਚੱਲਨੇ ਆ ਥੱਲੇ ਭਾਈ ਦੌੜ ਚਲਾ ਡੇ ਨੂੰ ਮਿਲ ਜੀ ਠੀਕ ਹੈ ਭਾਈ ਬੈਗ ਜਿਹੜਾ ਮੇਰਾ ਐ ਜ਼ਬੀ ਦੇ ਕੱਪੜੇ ਨੇ ਜੀ ਗੱਡੀ 'ਚ ਰੱਖਣੇ ਤੇ ਚੱਲਣੇ ਜ਼ਬੀ ਉੱਤੇ ਗਿਆ ਆਂਟੀ ਹੋਰਾਂ ਨੂੰ ਮਿਲਣ ਮੈਂ ਮਿਲ ਆਇਆ ਆਇਆ ਜ਼ਬੀ ਆਇਆ ਯਾਰ
ਗੱਡੀ ਮਾਮੂ ਨੇ ਕੱਢ ਲਈ, ਪਹਿਨੇ ਹਾਂ ਭਾਈ। ਮਾਮੂ ਜੀ ਵਿੱਚ ਬੈਠੇ ਗੱਡੀ ਕੱਢ ਕੇ। ਠੀਕ ਹੈ ਮਾਮੂ ਜੀ, ਭਾਈ ਇੱਥੇ ਮਿਲ ਲਈ, ਉੱਥੇ ਤਾਂ ਪਤਾ ਨਹੀਂ ਕਿਸ ਟਾਈਮ ਪਹੁੰਚਣਾ, ਕਿਉਂਕਿ ਬੱਸ ਨੂੰ ਸਾਡੀ ਲੇਟ ਹੋਣ ਡਈ ਹੈ। ਬਕਾਇਆ ਕੋਈ ਗੱਲ ਨਹੀਂ, ਅੱਲਾ ਖਾ ਕਰੇ। ਬਕਾਇਆ ਮਾਮੂ ਜੀ ਕੋਈ ਗਲਤੀ ਕੀਤਾ ਹੋਈ ਤਾਂ ਭਾਈ ਮਾਜ਼ਰਤ। ਕੋਈ ਗੱਲ ਨਹੀਂ ਪੁੱਤਰ, ਕੋਈ ਵੀ ਕਾਹਦੀ ਗਲਤੀ ਕੀਤਾ ਹੀ ਨਹੀਂ, ਫਿਰ ਵੀ ਮਾਮੂ ਕੋਈ ਹੁੰਦਾ ਹੀ ਹੈ ਪੁੱਤਰ, ਕੋਈ ਨਹੀਂ ਕੋਈ ਵੀ ਮਾਮੂ ਜੀ ਕਿਉਂ ਵਾਪਸ ਨਾ ਜੀ? ਨਹੀਂ ਵਾਪਸ ਵਾਪਸ ਆਉਂਦੇ ਭਾਈ, ਚਾਰ ਬੰਦੇ ਛੱਡਣ ਜਾਣ, ਹਜੇ ਵੀ ਅਸੀਂ ਵਾਪਸ ਆ ਸਕਦੇ ਹਾਂ। ਨਹੀਂ ਉਂਝ ਵੀ ਕਾਰ ਚੱਲੇ ਅਸੀਂ ਥੱਲੇ ਲਾ ਕੇ ਭੱਜ ਆਉਣਾ। ਚਲੋ ਕੋਈ ਗੱਲ ਨੀ ਭਾਈ, ਕਿਸ ਤਰੀਕੇ ਛੱਡ ਕੇ ਤਾਂ ਆਉਂਦੇ ਨਾ, ਇਹ ਨੀ ਸ਼ੁਕਰ ਕਿ ਇਹ ਕਹਿ ਤਾਂ ਕਿ ਭਾਈ ਤੁਰ ਕੇ ਜਾਓ। ਤੁਰ ਕੇ ਨਹੀਂ ਤੁਸੀਂ ਜਿਹੜੀ ਜੁਗੇ ਤੇ ਜਾਓ, ਇਹ ਵੀ ਸਹੀ, ਛੋਟੀ ਗੱਡੀ ਜਿਹੜੀ ਹੁੰਦੀ ਹੈ ਆਹੋ ਉਹ ਤੈਨੂੰ ਬਿਠਾ ਦਿੱਤਾ। ਮਸ਼ਹੂਰ ਹੋ ਗਿਆ ਹਰੀ ਅੱਡੇ ਆ ਗਿਆ ਜੀ। ਚੱਲਣਾ ਜਿਹੜੀ ਪਹਿਲੀ ਬੱਸ ਉਹ ਤਾਂ ਨਿਕਲ ਗਈ 8 ਵਜੇ ਵਾਲੀ, ਹੁਣ ਇਹਦੇ ਤਕਰੀਬਨ ਦੂਸਰੀ ਬੱਸ ਨਿਕਲਣੀ 9:30 ਵਜੇ, ਉਹ ਤੇ ਚੱਲਣੇ ਆ। ਯਾਰ ਤੁਸੀਂ ਧੱਕੇ ਮਾਰੋਗੇ? ਮੈਂ ਜੀ ਤੁਰ ਜਾਣਾ, ਮੈਨੂੰ ਨੀ ਮਾਰਨੇ, ਮੈਂ ਜੀ ਤੁਰ ਜਾਣਾ, ਠੁੱਡੇ ਮਾਰੀ ਦੇ। ਉਹ ਖੜੀ ਸਰਦਾਰ ਕੋਚ ਭਾਈ, ਇੱਥੇ ਸੀਟ ਬਹੁਤ ਪਿੱਛੇ ਮਿਲਦੀ ਪਈ ਹੈ। ਮਾਮੂ ਜੀ ਕਹਿੰਦੇ ਨੇ ਇਸ ਬੱਸ ਚਲੇ ਜਾਓ, ਤੇ ਫਿਰ ਉਹਨਾਂ ਬਾਅਦ ਜਾ ਕੇ ਬੱਸ ਚੇਂਜ ਕਰ ਲਓ। ਵੇਖੋ ਜੀ ਕੀ ਬਣਦਾ, ਦੱਸਾਂ ਜੀ, 13 ਵਜੇ ਤਾਂ ਲੇਟ ਆਇਆ ਤਾਂ ਨਾਤਾ ਨਹੀਂ ਸਰ। ਸੋਰੀ ਯਾਰ ਭਾਈ, ਇਹ ਬੰਦਾ ਚੰਗਾ, ਇਹਦੇ ਨਾਲ ਸਿਮਲਾ ਕਰੇ ਨੇ ਮੇਰੇ ਜੀ, ਸਾਡੇ ਕੋਲ ਆਏ ਹੋ, ਇਨਸ਼ਾ ਅੱਲਾ ਜ਼ਲੀਲ ਕਰਕੇ ਚੱਲਾਂਗੇ। ਯਕੀਨ ਵੀ ਇੱਥੇ ਇਸੇ ਗੱਲ ਦਾ ਸੀ ਮੈਨੂੰ, ਤੂੰ ਮੇਰੇ ਨਾਲ ਚੱਲਿਆ, ਮੈਨੂੰ ਚੇਤਾ ਭੁੱਲ ਜਾਂਦਾ। ਠੀਕ ਹੈ ਮਾਮੂ ਜੀ, ਖੈਰ ਖੈਰ ਜਾਓ, ਕੋਈ ਨਸੀਹਤ ਕਰ, ਨਸੀਹਤ ਕਰ ਦੇ ਇਹਨੂੰ, ਪੱਕੀ ਨਸੀਹਤ ਹੀ। ਗੱਡੀ ਤੋਂ ਅਚਾਨਕ ਬਹਿ ਗਿਆ ਜੀ, ਹੁਣ ਅੱਲਾ ਖਾ ਕਰੇ ਸਫ਼ਰ ਹੋ ਜਾਏ ਸਟਾਰਟ, ਤੇ ਫਿਰ ਉਹਨਾਂ ਬਾਅਦ ਜਾ ਕੇ ਸਾਨੂੰ ਦੁਬਾਰਾ ਫਿਰ ਗੱਡੀ ਚੇਂਜ ਕਰਨੀ ਪੈਣੀ ਹੈ। ਟਿਕਟ ਲੈ ਲਈ 3600 ਰੁਪਏ, ਸਾਡੇ ਦੋਵਾਂ ਦਾ 1800 ਰੁਪਇਆ। ਅਲਹਮਦੁਲਿਲਾ ਜੀ ਸਿਆਲਕੋਟੋਂ ਨਿਕਲ ਪਏ, ਹੁਣ ਚੱਲਦੇ ਹਾਂ ਜੀ ਰੋਣਾਬਾਦ। ਪੈਟਰੋਲ ਪੰਪ ਤੇ ਬੱਸ ਰੁਕੀ ਹੈ ਜੀ, ਹੁਣ ਇੱਥੇ ਕੋਈ ਸ਼ਾਇਦ ਖਾਣ ਪੀਣ ਵਾਸਤੇ ਲੈਣੀ ਤੇ ਵਾਸ਼ਰੂਮ ਆਉਣਾ ਉਹ ਹੋਊ ਲੈ, ਕੋਈ ਗਾਂਹ ਹੁਣ ਬੱਸ ਰੁਕਣੀ ਹੈ ਹਰੋਨਾਬਾਦ ਡਰੈਕਟ ਜਾ ਕੇ। ਬਕਾ ਜ਼ਬੀ ਜਾ ਰਿਹਾ ਹੁਣ ਫਿਲਹਾਲ ਦੁਕਾਨ 'ਤੇ ਕੋਈ ਸ਼ਾਇਦ ਲੈਣ ਅਤੇ ਨਾ ਵਾਸ਼ਰੂਮ, ਇੱਕ ਬੋਤਲ ਦੋ ਰਹੀ ਹੈ ਬਿਸਕਲ ਲੈ ਲੈਂਦੇ ਜੀ। ਹੁਣ ਚੱਲ ਕੇ ਵਾਪਸ ਹੀ ਬਹਿੰਦੇ ਹਾਂ ਗੱਡੀ ਆਪਣੀ 'ਚ। ਅਲਹਮਦੁਲਿਲਾ ਜੀ ਕਬੂਲਾ ਸ਼ਹਿਰ ਪਹੁੰਚ ਗਏ ਹਾਂ,
ਦੇਖੋ ਜੀ ਰੋਨਾ ਬਾਅਦ ਕਿੰਨੇ ਵਜੇ ਪਹੁੰਚਦੇ ਨੇ, 3 ਵੱਜ ਗਏ ਨੇ ਉੱਤੋਂ। ਅੱਲਾ ਹੀ ਖਾਇਆ ਕਰੇ, ਕਿਉਂਕਿ ਗਾਂਹ ਵੀ ਜਾਣਾ, ਕੋਈ ਗਾਂਹ ਜਾ ਕੇ ਬੱਸ ਲੱਭਣੀ ਪੈਣੀ ਹੈ, ਡਰ ਆ ਜਾਂਦੀ। ਰੋਨਾ ਬਾਅਦ ਪਹੁੰਚਿਆ ਜੀ, ਅਤੇ ਹੁਣ ਇੱਥੇ ਖਲੋ ਕੇ 11 ਬੱਸ ਦਾ ਇੰਤਜ਼ਾਰ ਕਰਨੇ ਆ, ਅਤੇ ਚੱਲਦੇ ਹਾਂ ਜੀ 11 ਵਾਲੇ। ਉਸੇ ਬੱਸ 'ਚ ਵਾਪਸੀ ਫਿਰ ਬਹਿ ਗਏ ਹਾਂ ਜੀ, ਜਿਹੜਾ ਬਾਰ ਬਾਰ ਮੋੜ ਹੈ ਨਾ 11 ਵਾਲਾ ਮੋੜ, ਉੱਥੇ ਉਤਰਨੇ ਆ। ਉੱਥੇ ਇੱਕ ਮੀਆਂ ਵਾਲੀ ਬੱਸ ਆਉਣੀ ਹੈ 5:15, ਉੱਥੇ ਚੱਲਾਂਗੇ, ਨਹੀਂ ਤਾਂ ਇੱਥੋਂ ਤਕਰੀਬਨ 6:30 ਵਜੇ ਬੱਸ ਨਿਕਲਣੀ ਜੀ। ਰੋਨਾ ਬਾਅਦ ਬਾਹਰਲਾ ਮੋੜ ਆ ਗਿਆ ਜੀ, ਹੁਣ ਇੱਥੇ ਖਲੋ ਕੇ ਬੱਸ ਦਾ ਇੰਤਜ਼ਾਰ ਕਰਦੇ ਹਾਂ। ਤੁਸੀਂ ਬੱਸ 'ਚ ਬਹਿ ਗਏ ਜੀ, ਹੁਣ ਚੱਲਦੇ ਹਾਂ 11 ਵਾਲੀ। ਅਲਹਮਦੁਲਿਲਾ 11 ਸ਼ਹਿਰ 'ਚ ਆ ਗਏ ਹਾਂ ਜੀ। ਬਾਈ ਅਸਰ ਨੂੰ ਕਾਲ ਕਰਤੀ, ਬਾਈ ਅਸਰ ਕਹਿੰਦਾ ਮੈਂ ਆਏ ਨਾ, ਬਸ ਤੁਸੀਂ 2 ਮਿੰਟ ਰੁਕੋ। ਬਾਈ ਅਸਰ ਅਸਲਾਮ ਅਲੈਕੁਮ, ਸੁਣਾ ਜਵਾਨ ਅੱਖ ਨਹੀਂ ਖੁੱਲੀ। ਮੈਂ ਯਾਰ ਸਾਡੀ ਐਗਜ਼ਾਮ ਨਹੀਂ ਠੀਕ, ਲੇਟ ਸੁੱਤਾ ਵਾ। ਅੱਛਾ, ਤੇ ਫਿਰ ਮੈਂ ਸੁੱਤਾ ਜੇ ਉੱਠੇ ਹੀ ਧਾਰ ਕੱਢਣ ਲੱਗਾ ਤੇਰੀ ਕਾਲ ਆਈ ਮੇਰੇ ਨੂੰ ਆ ਗਈ। ਚਲੋ ਮੋੜ ਮੋੜ ਸਾ, ਹੁਣ ਖਾਣਾ ਕੀ ਹੈ? ਕੀ ਖਾਣੀ ਹੁਣ? ਉਹ ਤੂੰ ਖਾਏ, ਉਹ ਵੀ ਮੈਂ ਖਾ ਲਾਂ। ਮੈਂ ਇਹਨੂੰ ਤੇ ਮੈਨੂੰ ਗੁੱਸਾ ਬੜਾ, ਇਹਦੇ ਚਪੇੜਾ ਪਾਣੀ ਆ ਜੀ। ਆਹੋ ਖਾਏਗਾ? ਚੱਲ ਯਾਰ ਉੱਥੇ ਲੈ ਚੱਲ, ਕੋਈ ਸ਼ੈ ਖਾ ਲੈਣਾ। ਸਲਾਹ ਬਣ ਕੇ ਨਾਸ਼ਤਾ ਨੀ ਕਰਨਾ, ਇੱਥੇ ਦਹੀਂ ਖਾਂਦੇ ਆ, ਫਿਰ ਚੱਲਦੇ ਹਾਂ ਨਾਸ਼ਤਾ ਘਰ ਜਾ ਕਰਾਂਗੇ। ਹਲੋ ਸਭੀ, ਆਪਣੇ ਤੋਂ ਕੋਈ ਲਵਾਦਾ? ਹਲੋ ਵਾਲਾ, ਮੈਂ ਪੈਸੇ ਦਾਂਗਾ, ਅਲਹਮਦੁਲਿਲਾ ਜੀ ਪਿੰਡ ਆਪਣੇ ਪਹੁੰਚ ਗਏ ਹਾਂ ਜੀ, ਵਾਪਸ ਆ ਗਏ ਜੀ। ਕਾਰਾਂ ਇੱਟਾਂ ਲਿਆ ਲਿਆ ਕੇ ਰੱਖੀਆਂ ਭਾਈ, ਮਾਸ਼ਾਅੱਲਾ ਜੀ ਕਾਰ ਆ ਗਏ ਤੇ ਜੈਨਾ। ਹਾਂਜੀ ਠੀਕ ਠਾਕ ਹੈ, ਤਾਂ ਬੜਾ ਪੁੱਛਣਾ ਇਹਨੇ ਪੁੱਛਾ ਠੀਕ ਆ ਠੀਕ ਹੈ। ਅਸੀਂ ਭਾਈ ਐਲਾਨਾ ਦੇ ਵਿੱਚ ਜਿਹੜੀ ਤੇਰੀ ਤਸਵੀਰ ਲੱਗੀ ਉਹਨੂੰ ਹੱਥ ਮਾਰੀ ਹਸਾਉਂਦੇ ਹਾਂ, ਫਿਰ ਨਹੀਂ ਹੱਸਦਾ, ਫਿਰ ਅਸੀਂ ਰੋਂਦੇ ਸਾਂ। ਇਹ ਮੇਰਾ ਪੁੱਤਰ ਦਾਸ ਪੜਾਓ। ਆ ਜਾ ਜਾ ਤੂੰ ਵੀ ਆ ਤੂੰ ਜਾ ਆ ਤੂੰ ਵੀ ਮਮਾ ਜਾ ਮਮਾ ਜੀ ਓਏ ਮਮਾ ਜਾ ਮਮਾ ਜੀ ਓਏ ਕੀ ਕਹਿੰਦਾ ਮੇਰਾ ਪੁੱਤਰ? ਹਾਂਜੀ ਹਾਂਜੀ, ਪਛਾਣ ਚ ਨਹੀਂ ਆਉਂਦਾ ਬੰਦਾ ਕੌਣ ਹੈ? ਆ ਗਿਆ ਮਾਸ਼ਾਅੱਲਾ ਮੇਰਾ ਸ਼ੇਰ ਓਏ। ਹਾਂਜੀ ਪਛਾਣ ਚ ਨਹੀਂ ਆਉਂਦਾ ਬੰਦਾ ਕੌਣ ਹੈ? ਨਹੀਂ ਪਛਾਣ ਚ ਆਉਂਦਾ ਪਿਆ? ਅੱਛੀ 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 ਅੱਛੀ, ਹਾਂਜੀ ਹਲੋ 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 ਮੇਰਾ ਸ਼ੇਰ। ਕੋਈ ਘੰਟਾ ਡੇਢ ਆਰਾਮ ਕੀਤਾ, ਤਾਂ ਹੁਣ ਆ ਗਿਆ ਜੀ ਨਾਸ਼ਤਾ ਸਾਡਾ, ਰਾਸ ਬਿਸਕੁਟ ਚਾਏ ਨਾ ਦੁੱਧ ਵਾਲੀ ਸੇਵੀਆਂ। ਓਏ ਉੱਠ ਪਾ ਜਵਾਨਾ, ਕੋਈ ਨਾਸ਼ਤਾ ਨੁਸ਼ਤਾ ਵੀ ਕਰ ਲੈ, ਆਹ ਹੁਣ ਉਹ ਜਵਾਨੀਆਂ ਨਹੀਂ ਨਾ ਰਹੀਆਂ। ਨਾਸ਼ਤਾ ਕਰਨ ਤੋਂ ਬਾਅਦ ਭਾਈ ਮੈਂ ਆ ਗਿਆ ਜੀ ਬਾਹਰ। ਮੈਂ ਤੁਹਾਨੂੰ ਇਹ ਕਹਿਣਾ ਸੀ ਕਿ ਜੋ ਸਿਆਲਕੋਟ ਅਸੀਂ ਮਤਲਬ ਮਸਤੀਆਂ ਵਗੈਰਾ ਕਰਦੇ ਹਾਂ ਇੱਕ ਦੂਜੇ ਨਾਲ, ਥੋੜ੍ਹਾ ਬਹੁਤਾ ਸ਼ੁਕਰ ਮੇਲ ਲਾਉਂਦੇ ਸਾਂ, ਉਹ ਐਜ਼ ਆ ਸਿਰਫ ਫਨ ਸੀ, ਕੋਈ ਉਸ ਗੱਲ 'ਚ ਸੀਰੀਅਸ ਨਹੀਂ ਸੀ। ਬਾਈ ਜੇ ਖੁਦ ਸੋ ਕਹਿੰਦਾ ਸੀ ਮੈਨੂੰ, ਸਿਆਲਕੋਟ ਅੱਡੇ ਦੇ ਵਿੱਚ ਵੀ ਕਹਿ ਰਹੇ ਸਨ ਕਿ ਦਫਾ ਮਾਰ ਰਹਿਣ ਦੇ ਨਾ ਜਾ ਤੂੰ ਰਹਿ ਪਾ। ਮੈਂ ਨਹੀਂ ਯਾਰ ਬਸ ਇੱਕ ਚੱਲੀਏ ਫਿਰ ਆ ਜਾਵਾਂਗਾ ਮੈਂ ਵਾਪਸੀ। ਅਤੇ ਇਹਦੇ ਨਾਲ ਕਰਨਾ ਅੱਜ ਦਾ ਵਲੋਗ ਦਾ ਐਂਡ, ਉਮੀਦ ਕਰਨਾ ਤੁਹਾਨੂੰ ਅੱਜ ਦਾ ਵਲੋਗ ਪਸੰਦ ਆਇਆ, ਪਸੰਦ ਆਇਆ ਤਾਂ ਲਾਈਕ ਕਰੇ, ਸ਼ੇਅਰ ਕਰੇ ਔਰ ਹਮਾਰੇ ਦੁੱਲਾ ਭਾਈ ਚੈਨਲ ਕੋ ਜ਼ਰੂਰ ਸਬਸਕ੍ਰਾਈਬ ਕੀਜੀਏਗਾ। ਮਿਲਤਾ ਹੈ ਵੀਡੀਓ ਮੈਂ ਦੁਆਓਂ ਯਾਦ ਰੱਖੇਗਾ, ਤਬ ਤੱਕ ਕੀਜੀਏ, ਅੱਲਾ ਹਾਫਿਜ਼।